ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਉੱਗੀ ਦੇ ਵਿੱਚ, ਜਿੱਥੇ ਕਿ ਸਾਡੇ ਨਾਲ ਇੱਕ ਖਾਸ ਸ਼ਖਸੀਅਤ ਮੌਜੂਦ ਹਨ ਜੋ ਕਿ ਕਾਫੀ ਲੰਬੇ ਸਮੇਂ ਤੋਂ ਕਬੱਡੀ ਦੀਆਂ ਗਰਾਊਂਡਾਂ ਦੇ ਸ਼ਿੰਗਾਰ ਹਨ। ਸਾਡੇ ਨਾਲ ਹਨ ਪੰਜਾਬ ਫੈਡਰੇਸ਼ਨ ਦੀਆਂ 8 ਅਕੈਡਮੀਆਂ ਦੇ ਵਿੱਚੋਂ ਭਗਵਾਨਪੁਰ ਟੀਮ ਦੇ ਕਬੱਡੀ ਖਿਡਾਰੀ ਲੱਖਾ ਚੀਮਾ ਜੀ, ਜੋ ਕਿ ਬਤੌਰ ਜਾਫੀ ਖੇਡਦੇ ਹਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਪਹਿਲਾਂ ਤਾਂ NRI TV ਦਾ ਧੰਨਵਾਦ ਕਰਦਾ ਦੇਖਣ ਵਾਲੇ ਸਰੋਤਿਆਂ ਦਾ। ਲੱਖਾ ਚੀਮਾ ਜੀ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕਬੱਡੀ ਖੇਡਦਿਆਂ ਨੂੰ? ਮੈਨੂੰ ਭਾਈ 10-11 ਸਾਲ ਤਾਂ ਹੋ ਗਿਆ ਭਾਈ ਖੇਡਦਿਆਂ ਨੂੰ। ਕਿਹੜੀ ਕਿਹੜੀ ਕੰਟਰੀ 'ਚ ਹੁਣ ਤੱਕ ਤੁਸੀਂ ਕਬੱਡੀ ਖੇਡ ਚੁੱਕੇ ਹੋ? ਮੈਂ ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ ਅਤੇ ਦੁਬਈ। ਠੀਕ ਹੈ ਜੀ। ਸਾਨੂੰ ਦੱਸ ਸਕਦੇ ਕਿ ਤੁਸੀਂ ਹੁਣ ਤੱਕ ਕਿਹੜੀਆਂ ਕਿਹੜੀਆਂ ਉਪਲਬਧੀਆਂ ਹਾਸਲ ਕਰ ਚੁੱਕੇ ਹੋ? ਭਾਈ ਮੈਂ 15 ਮੋਟਰਸਾਈਕਲ ਜਿੱਤ ਲਿਆ ਅਤੇ ਮੁੰਦੀਆਂ ਜਿੱਤੀਆਂ ਅਤੇ 51,000, 11,000, 51,000, 5,500 ਇੱਦਾਂ ਦੇ, ਪਤਾ ਨਹੀਂ ਬਾਬੇ ਦੇ, ਮੈਨੂੰ ਪਤਾ ਨਹੀਂ ਕਿੰਨੇ ਕਿਹਾ ਜੇ, ਗਿਣੇ ਨਹੀਂ ਕਦੀ ਭਾਈ ਆਪਾਂ ਇੱਦਾਂ। ਲੱਖਾ ਜੀ, ਕਦੀ ਇੱਦਾਂ ਦਾ ਸੀਨ ਹੋਇਆ ਕਿ ਤੁਹਾਨੂੰ ਇੱਦਾਂ ਲੱਗਿਆ ਕਿ ਇਹ ਰੇਡਰ ਤਕੜਾ ਮੇਰੇ ਕੋਲ ਫੜ ਨਹੀਂ ਹੋਣਾ? ਨਹੀਂ, ਇੱਦਾਂ ਦਾ ਨਹੀਂ ਸੋਚ ਕੇ ਕਦੀ ਬੜੇ ਗਰਾਊਂਡ 'ਚ, ਅਤੇ ਇੱਦਾਂ ਕਹਿੰਦਾ ਵੀ ਆਪਾਂ ਟੀਮ ਨੂੰ ਵਿਨ ਕਰਨਾ, ਆਪਣਾ ਪ੍ਰਦਰਸ਼ਨ ਸੋਹਣਾ ਦਿਖਾਉਣਾ, ਅਤੇ ਇੱਦਾਂ ਨਹੀਂ ਕਦੀ ਸੋਚਿਆ ਵੀ ਉਹ ਤਕੜਾ ਕਿ ਮਾੜਾ, ਇੱਦਾਂ ਨਹੀਂ ਕਦੀ ਸੋਚਿਆ। ਜ਼ਿਆਦਾਤਰ ਤੁਸੀਂ ਗਰਾਊਂਡਾਂ ਦੇ ਵਿੱਚ ਤੁਹਾਡੇ ਨਾਲ ਦੇਖਣ ਨੂੰ ਮਿਲਦਾ ਕਿ ਆਪਣੇ ਅਰਸ਼ ਚੋਲਾ ਜੀ ਤੁਹਾਡੇ ਨਾਲ ਹੁੰਦੇ ਆ, ਤੁਹਾਡੀ ਦੋਨਾਂ ਦੀ ਇੱਕ ਏਰੀ ਦੇ ਵਿੱਚ, ਕਿ ਜਦੋਂ ਰੇਡਰ ਰੇਡਾ ਪਾਉਣ ਤੋਂ ਵੀ ਡਰਦਾ ਹੈ? ਨਹੀਂ, ਇੱਦਾਂ ਨਹੀਂ ਸੋਚਿਆ, ਇੱਦਾਂ ਹੁੰਦਾ ਸੀ ਸਾਡੇ ਟੀਮ ਵਰਕ ਆ ਭਾਈ, ਜਿੱਦਾਂ ਖੇਡੇ ਮੈਂ ਇਸ ਸਾਲ ਅਸੀਂ ਖੇਡਣ ਲੱਗੇ ਹਾਂ ਅਤੇ ਉਹਦਾ ਆਲ ਓਪਨ ਪਹਿਲਾਂ ਖੇਡਦੇ ਰਹੇ ਹਾਂ, ਪਰ ਇੱਦਾਂ ਕਦੀ ਸੋਚਿਆ ਨਹੀਂ ਅਰਸ਼ ਇੱਦਾਂ ਜਾਂ ਅੰਮ੍ਰਿਤ ਜਾਂ ਆਪਣੇ ਕੋਈ ਹੋਰ ਨਾਲ ਖੇਡੇ, ਇੱਦਾਂ ਨਹੀਂ ਕਦੀ ਸੋਚਿਆ, ਟੀਮ ਵਰਕ ਖੇਡੀ ਦਾ ਭਾਈ। ਜਦੋਂ ਕਬੱਡੀ ਦੀਆਂ ਫੈਡਰੇਸ਼ਨਾਂ ਦੇ ਮੈਚ ਖਤਮ ਹੋ ਜਾਂਦੇ ਆ, ਤੁਸੀਂ ਪਿੰਡ ਪੱਧਰ ਓਪਨ ਵੀ ਖੇਡਦੇ ਹੋ? ਨਹੀਂ, ਹੁਣ ਵੀ ਭਾਈ ਪਿੰਡ ਪੱਧਰ, ਜੇ ਸਾਡਾ ਅਕੈਡਮੀ ਦਾ ਮੈਚ ਨਾ ਹੋਵੇ ਅਸੀਂ ਪਿੰਡ ਪੱਧਰ ਖੇਡਦੇ ਹਾਂ, ਖੇਡ ਲਈਦਾ ਜਿੰਨਾ, ਅਤੇ ਜਦੋਂ ਮੌਕੇ ਜਾਂਦੇ ਫਿਰ ਭਾਈ ਆਪਦੀ ਮਿਹਨਤ ਸ਼ੁਰੂ ਕਰ ਲਈਦੀ ਆ ਅਤੇ ਫਿਰ ਬਾਬੇ ਦੀ ਮਿਹਰ ਨਾਲ ਬਾਹਰ ਨੂੰ ਚੱਲ ਜਾਈਦਾ ਭਾਈ। ਠੀਕ ਹੈ। ਅਤੇ ਪਿਛਲੇ ਲੀਗ ਦੇ ਵਿੱਚ ਤੁਸੀਂ ਦਿੱਲੀ ਦੀ ਟੀਮ ਵੱਲੋਂ ਖੇਡੇ ਸੀ, ਬਹੁਤ ਵਧੀਆ ਪ੍ਰਦਰਸ਼ਨ ਰਿਹਾ, ਉਹਦੇ ਵਿੱਚ ਤੁਹਾਡਾ ਕੀ ਮੇਨ ਰੋਲ ਸੀ? ਮੇਨ ਰੋਲ ਭਾਈ ਜਿੱਦਾਂ ਤੁਹਾਨੂੰ ਪਤਾ ਹੀ ਆ, ਫਿਰ ਜਿੱਦਾਂ ਸੀਨੀਅਰ ਪਲੇਅਰ ਮੈਂ ਸੀ, ਜਿੱਦਾਂ ਬਾਕੀ ਮੁੰਡੇ ਸਾਰੇ ਨਵੇਂ ਸੀਗੇ। ਹਾਂਜੀ। ਅਤੇ ਰੋਲ ਤਾਂ ਕੌਣ ਨਹੀਂ ਭਾਈ, ਆਪਦਾ ਜ਼ੋਰ ਮਾਰਿਆ, ਵਧੀਆ ਪ੍ਰਦਰਸ਼ਨ ਦਿਖਾਇਆ ਭਾਜੀ। ਠੀਕ ਹੈ ਜੀ। ਇਸ ਤੋਂ ਪਹਿਲਾਂ ਜਿਹੜਾ ਇੱਕ ਕਬੱਡੀ ਵਰਲਡ ਕੱਪ ਹੋਇਆ ਸੀਗਾ, ਉਦੋਂ ਤੁਸੀਂ ਇੰਗਲੈਂਡ ਦੀ ਟੀਮ ਵੱਲੋਂ ਖੇਡਦੇ ਸੀ, ਕਾਫੀ ਵਧੀਆ ਪ੍ਰਦਰਸ਼ਨ ਰਿਹਾ ਸੀਗਾ ਤੁਹਾਡਾ ਵੀ, ਅਤੇ ਸਰ ਉਹ ਕਬੱਡੀ ਵਰਲਡ ਕੱਪ ਜਿਹੜਾ ਬੰਦ ਹੋ ਗਿਆ ਵਾ, ਅਤੇ ਉਹਦੇ ਨਾਲ ਜਿਹੜੇ ਖਿਡਾਰੀਆਂ ਦੀ ਇੱਕ ਖਾਸ ਪਹਿਚਾਣ ਬਣੀ ਹੋਈ ਸੀ, ਤੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਫਿਰ ਇੱਕ ਜਿਹੜਾ ਨਵਾਂ ਖਿਡਾਰੀ ਵੀ ਆਉਂਦਾ, ਉਹਦੀ ਵੀ ਪਹਿਚਾਣ ਹੁੰਦੀ ਆ ਵੀ ਆਹ ਪਲੇਅਰ ਉਹ ਆ, ਆਹ ਉਹ ਆ। ਹਾਂਜੀ, ਉਹਦਾ ਕਰਕੇ ਖਿਡਾਰੀਆਂ ਦੀ ਇੱਕ ਖਾਸ ਪਹਿਚਾਣ ਬਣੀ ਹੋਈ ਸੀ ਕਿ ਲੋਕ ਜਿਹੜੇ ਨਹੀਂ ਵੀ ਜਾਣਦੇ ਫੇਸ ਤੋਂ ਵਾਕਫ ਹੋ ਗਏ ਸੀ ਕਿ ਵੀ ਇਹ ਲੱਖਾ ਚੀਮੇ ਵਾਲਾ, ਅਰਸ਼ ਚੋਲੇ ਸਾਹਿਬ ਵਾਲਾ ਆ। ਸਾਰਿਆਂ ਨੇ ਆਪਦੇ ਆਪ ਦੀ ਚੁਣੀ ਹੁੰਦੀ ਟੀਮਾਂ, ਮੇਰੇ ਪਲੇਅਰ ਆਹ, ਮੇਰੇ ਘਰ 'ਚ ਇੱਥੇ ਲੜਾਈ ਹੁੰਦੀ ਹੈ ਵੀ ਆਹ ਪਲੇਅਰ ਮੇਰਾ ਮੇਨ ਆ, ਆਹ ਪਲੇਅਰ ਮੇਰਾ ਮੇਨ ਆ, ਤਾਂ ਕਰਕੇ ਸਾਰੇ ਜਾਣਦੇ ਆ ਜੀ। ਠੀਕ ਹੈ, ਇਹ ਜ਼ਿਆਦਾ ਖਾਸੀਅਤ ਇਹ ਹੈ ਜੀ। ਬਿਲਕੁਲ ਜੀ। ਸੋ ਇਹ ਸਨ ਸਾਡੇ ਨਾਲ ਭਗਵਾਨਪੁਰ ਕਬੱਡੀ ਅਕੈਡਮੀ ਦੇ ਖਿਡਾਰੀ ਲੱਖਾ ਚੀਮਾ ਜੀ। ਸੋ ਸਾਡੇ ਨਾਲ ਗੱਲ ਕਰਨ ਲਈ ਲੱਖਾ ਚੀਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਵੀ, ਇਹ ਲਾਈਵ NRI TV ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਭਾਈ।